आज ही मार दी, आज ही मार दी। बारी बरसी खटन गया सी, बारी बरसी खटन गया सी, खट के लियांदा डड्डू। जैसमीन दी रसोई विच अज बनूगा छप्पन कद्दू। छप्पन थोड़ी यार, छप्पन कद्दू तेरा बठिंडा भी छप्पन भी अज दिखाओ छप्पन कद्दू की। अच्छा मेरे तो एक गलती हो गई है, ऑनेस्टली मैं सारे कद्दू कटते पहले ही, तो मैं ध्यान नहीं दिता कि मैं एक रखना सीगा दिखाण नू, पर मैं फोटो कट ली है दी। इहनू छप्पन कद्दू कहिंदे आ, इंडिया दे विच यूजुअली हरे रंग दा हुंदा आ, पर ऑस्ट्रेलिया दे विच मतलब एदी ए किस्म भी मिलदी है जिहड़ी ऑरेंजिश येलो कलर दी हुंदी आ, ते बहुत ज्यादा स्वाद बनदी है। इहनू ऑस्ट्रेलिया च कहिंदे समर स्क्वाश या बटरनट स्क्वाश, मतलब छोटा मिनी बटरनट, दोनों का हाइब्रिड जिहा आ, पर बहुत स्वाद बनता है। आण दे चप्पण कर, आण दे ये, आण दे चप्पण। चलो जी रेडी है, फोन रखता साइड ते। पंजाब दे विच जे किसे नूं पूरी गाल ना देनी होवे ना, तो उन्हूं कहना होवे वी लाइक कोई दुरफिट्टे नूं कहना होवे, देखणे हट चप्पण कद्दू जिहा। अच्छा अज आपां ओह बनाउण लगे आ, चप्पण कद्दू तो याद आया। हाँ जी, जो मैं पहला भंगड़ा पाया ना, कई बार बहुत कॉमेंट आते हैं सानू, प्यार वाले बहुत आते हैं। हाँ जी, सो प्यार वाले कॉमेंट बहुत आते हैं, पर एक दो तीन चार कई बार बच जाते ने भी चिट्टी दाढ़ी बुढ़ा बंदा ये वो अज की बनाना लाई है की है व्हाट्स रॉन्ग नेगेटिविटी। सो असी नेगेटिविटी का जवाब भंगड़ा पा के दिता है, भाई साड़ी तक किचन च अज की बनाना चलता रहना, तुसी नहीं देखना, तुसी ना देखो बाकी जेडे लव। हाँ हस के जेडे सानू प्यार कर देने, इन्ना इन्ना दुलार कर देने, कॉमेंट्स देने, तुहाडे सारयां दा शुक्रिया। लाइक कमेंट शेयर जरूर करते करो वीडियो, थोड़े कमेंट वधिया वधिया पढ़ के, फिर जेड़ा एक अद्धा इहो जिहा भी करदा उह भुल जाईदा। गॉड ब्लेस यू। हम इंग्रेडिएंट्स असा वेरी क्विकली, नहीं नहीं ਨਾਲ ਦੀ ਨਾਲ ਪਾ ਕੇ, ਅੱਛਾ ਚਲੋ ਠੀਕ ਹੈ। ਇੱਥੇ ਮੈਂ ਪੈਨ ਦੇ ਵਿੱਚ ਦੇਖੋ ਮੇਰਾ ਤੇਲ ਧੂਆਂ ਮਾਰਦਾ ਹੁਣ, ਤੇਲ ਆਪਣਾ ਗਰਮ ਕਰ ਲਿਆ, ਨੋਰਮਲ ਆਇਲ ਆ ਮੇਰਾ, ਮੇਰਾ ਜੈਤੂਨ ਦਾ ਤੇਲ ਆ ਇਹਦੇ ਵਿੱਚ ਪਾਇਆ ਆ। ਹੁਣ ਜੈਤੂਨ ਦੇ ਤੇਲ ਦੇ ਵਿੱਚ ਮੈਂ ਪਾਉਂਗੀ ਜੀਰਾ, ਜਿਹੜੀ ਮੇਰੀ ਫੇਵਰੇਟ ਚੀਜ਼ ਆ, ਆਈ ਥਿੰਕ ਸਾਰੇ ਸਪਾਈਸਿਸ ਦਾ ਹੀਰਾ ਹੁੰਦਾ ਹੈ ਜੀਰਾ। ਇੱਕ ਹੋਰ ਚੀਜ਼ ਮੈਂ ਬਣਾਉਂਗੀ, ਨਵੀਂ ਚੀਜ਼ ਬਣਾਉਂਗੀ, ਸਪਾਈਸਿਆਂ ਦਾ ਹੀਰਾ जैतून ਦਾ ਸੀਗਾ, ਓਲਿਵ ਆਇਲ। ਹਾਂਜੀ ਓਲਿਵ ਆਇਲ ਸੀਗਾ, ਫਿਰ ਉਹਦੇ ਵਿੱਚ ਪਾਇਆ ਮੈਂ ਜੀਰਾ, ਫਿਰ ਉਹਦੇ ਵਿੱਚ ਪਾਈ ਹੈ ਮੈਂ ਹਿੰਗ ਆਲਮੋਸਟ ਹਾਫ ਟੀ ਸਪੂਨ ਦੇ ਕਰੀਬ। ਇਹ ਮੇਰੇ ਕੋਲ ਅੱਧੇ ਕਿਲੋ ਤੋਂ ਥੋੜੇ ਜਿਹੇ ਜ਼ਿਆਦਾ ਮਤਲਬ ਸਮਰ ਸਕੁਆਸ਼ ਜਾਂ ਚੱਪਣ ਕੱਦੂ ਆ, ਤੇ ਇਹ ਕੱਟ ਕੇ ਧੋਏ ਹੋਏ ਨੇ ਇੰਨੇ ਇੰਨੇ ਸਾਈਜ਼ ਦੇ। ਦੇਖੋ ਪਤਲੇ ਪਤਲੇ, ਫਟਾਫਟ ਸਬਜ਼ੀ ਬਣ ਜਾਣੀ ਹੈ, ਕੁਇਕ ਸਬਜ਼ੀ ਆ, ਬਸ ਇਹਨਾਂ ਨੂੰ ਪਾਤੇ ਹੈ ਸਾਰੇ ਚੱਪਣ ਕੱਦੂ, ਇਹ ਉਹ ਮਟਰ ਵਗਾ ਜਿੱਦੀ ਚੱਪਣ ਕੱਦੂ, ਇਹਨੂੰ ਕਰਤਾ ਥੋੜਾ ਜਿਹਾ ਮਿਕਸ। ਥੈਂਕ ਯੂ ਜੀ, ਇਹ ਹੋ ਗਿਆ ਆਪਣਾ ਮਿਕਸ। ਹੁਣ ਇਹਦੇ ਵਿੱਚ ਆਪਾਂ ਸਿੰਪਲ ਜਿਹੀ ਚੀਜ਼ ਹੈ ਉਹ ਪਾਵਾਂਗੇ, ਇਹਦੇ ਵਿੱਚ ਕੋਈ ਲਸਣ ਨਹੀਂ, ਕੋਈ ਅਦਰਕ ਨਹੀਂ, ਕੋਈ ਪਿਆਜ਼ ਨਹੀਂ, ਕੋਈ ਟਮਾਟਰ ਨਹੀਂ। ਮੈਂ ਉਹ ਵਾਲੀ ਸਬਜ਼ੀ ਖਾ ਸਕੀ ਨਾ, ਮੈਨੂੰ ਲੱਗਦਾ ਸੇਮ ਤੜਕਾ ਹੋ ਜਾਂਦਾ, ਇਸ ਕਰਕੇ ਥੋੜਾ ਜਿਹਾ ਟਵਿਸਟ ਤਾਂ ਈਜ਼ੀ ਸਿੰਪਲ ਕੁਇਕ। ਤੇ ਇਹਦੇ ਵਿੱਚ ਪਾਤੀ ਆਪਾਂ ਹਰੀ ਮਿਰਚ, ਇਹ ਹੈਗੇ ਹਾਂਜੀ ਹਾਂਜੀ ਤਿੰਨ ਹਰੀ ਮਿਰਚਾਂ ਨੇ। ਮੈਂ ਮੋਟੀ ਮੋਟੀ ਤਾਂ ਹੀ ਕੱਟਦੀ ਹਾਂ ਕਿ ਬਈ ਬੱਚਿਆਂ ਨੂੰ ਕੱਢ ਕੇ ਫਿਰ ਸਬਜ਼ੀ ਦੇਵਾਂ। ਹੈ ਬੱਚਿਆਂ ਨੂੰ ਜਾਣ ਕੇ ਤੁਸੀਂ ਕੱਢ ਸਕਦੇ ਹੋ, ਟਿਪ ਨੰਬਰ ਇਹ ਹੈ ਵੀ ਹਾਂਜੀ ਬੱਚੇ ਇਸ ਪਲੇਟ ਚ ਪਾਉਣੇ ਤੋਂ ਕਹਿੰਦੇ ਵੀ ਆਤਰੀ ਮਿਰਚ ਕੱਢਦੀ। ਹਾਂਜੀ ਇਹ ਮਿਰਚਾਂ ਕੱਢਦੀ ਹਾਂ ਕਿਉਂਕਿ ਇਹ ਸਾਹਮਣੇ ਨਜ਼ਰ ਆਉਂਦੀ ਹੈ ਫਿਰ ਵੱਡੀ ਵੱਡੀ ਨਾ ਜਿਹੜੀ ਮਿਰਚ ਹੁੰਦੀ ਹੈ। ਅੱਛਾ ਇਹ ਹੁਣ ਜਿਹੜੀ ਚੀਜ਼ ਮੈਂ ਹਮੇਸ਼ਾ ਨਾਲ ਪਾਉਂਦੀ ਹੁੰਦੀ ਹਾਂ, ਥੋੜਾ ਜਿਹਾ ਧਨੀਆ ਸਪੈਸ਼ਲੀ ਡੰਡੀਆਂ ਵਾਲੀ ਸਾਈਡ, ਅੱਜ ਥੋੜਾ ਮਿਕਸ ਜਿਹਾ ਆ। ਇਹ ਪਾਤਾ ਵਿੱਚ, ਗੈਸ ਕਰਤੀ ਮੈਂ ਥੋੜੀ ਜਿਹੀ ਤੇਜ਼ ਆਪਣੀ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ, ਧਨੀਏ ਦੀ ਵੀ ਬਣਾ ਕੋਈ ਲਾਈਨ, ਧਨੀਏ ਦੀ ਵੀ ਮਸਾਲਿਆਂ ਦਾ ਹੀ, ਹੀਰਾ ਜੀਰਾ ਹਾਂ, ਵਿੱਚ ਪਾਲਾ ਹਿੰਗ ਕੱਟੇ ਵਾਂਗੂ ਰਿੰਗ ਹਾਂ, ਧਨੀਏ ਦੀ ਵੀ ਬਣਾ ਲਓ, ਬਣਾਉਣੀ ਪੈਣੀ ਹੈ, ਮੈਂ ਸੋਚ ਕੇ ਬਣਾਉਂਗੀ ਔਰ ਇੰਨਾ ਨਹੀਂ ਬਣਦੀ। ਇਹਦੇ ਵਿੱਚ ਪਾਤੀ ਆਪਾਂ ਹੁਣ ਕੁੱਟੀ ਹੋਈ ਲਾਲ ਮਿਰਚ,
ਬਿਲਕੁਲ ਥੋੜੀ ਜੀ ਕਿਉਂਕਿ ਬੱਚੇ ਖਾਣਗੇ ਇਸ ਕਰਕੇ ਮੈਂ ਆਲਮੋਸਟ ਮੇਰੇ ਖਿਆਲ 1/4 ਇਹ ਆਪਸ਼ਨਲ ਆ ਜੇ ਤੁਸੀਂ ਪਾਣਾ ਚਾਹੋ ਕਿ ਨਹੀਂ ਇਹਦੇ ਨਾਲ ਆਪਾਂ ਸਮੋਕੀ ਟੇਸਟ ਆ ਜਾਂਦਾ ਹੈ ਨੈਕਸਟ ਚੀਜ਼ ਇਹਦੇ ਵਿੱਚ ਪਾਈਏ ਆਪਾਂ ਨੇ ਸੌਂਫ ਦਾ ਪਾਊਡਰ ਸੌਂਫ ਪਾਊਡਰ ਹਾਂਜੀ ਹਾਫ ਟੀ ਸਪੂਨ ਸੌਂਫ ਪਾਊਡਰ ਇੱਕ ਤੇ ਹਾਜ਼ਮੇ ਲਈ ਗੁੱਡ ਰਹੇ ਗੈਸ ਕਾ ਨਾ ਖੌਫ ਰੋਜ਼ ਖਾਓ ਸੌਂਫ ਸੌਂਫ ਗੁੱਡ ਨੈਕਸਟ ਚੀਜ਼ ਇਹਦੇ ਦੁਬਾਰਾ ਚੀ ਰਿਪੀਟ ਕੀਤਾ ਜਾਵੇ ਰਹੇ ਗੈਸ ਕਾ ਨਾ ਖੌਫ ਜੇ ਖਾਓ ਰੋਜ਼ ਤੁਸੀਂ ਸੌਂਫ ਲੈ ओके ਇੱਕ ਤਾਂ ਜਿੰਗਲ ਬਣਾਉਣੀ ਚਾਹੀਦੀ अच्छा नेक्स्ट चीज है पानी है अपन अमचूर पाउडर आवे खट्टा खट्टा सरू खट्टा खट्टा आओ अमचूर अमचूर ए हाफ टीस्पून अमचूर पाउडर आवे द लाइन ते लाइन बना खट्टा खट्टा सरू खा के आवे अमचूर आई नो ਇਹ ਤੇਲ ਘੱਟ ਪਾਇਆ ਸੀ ਪਾਣੀ ਛੱਡਦਾ ਨਹੀਂ ਹਾਂਜੀ ਇਹਨੇ ਪਾਣੀ ਛੱਡਤਾ ਹੈ ਇਹ ਥੋੜੀ ਜਿਹੀ ਰਸਮੇ ਜੀ ਬਣੂਗੀ ਆਪਣੇ ਆਪ ਹੀ ਮਤਲਬ ਪਾਣੀ ਤਰੀ ਵਾਲੀ ਨਹੀਂ ਬਣੂਗੀ ਪਰ ਮਤਲਬ ਥੋੜੀ ਜਿਹੀ ਜਿਵੇਂ ਰਸਮੇ ਜੀ ਹੋਊਗੀ ਓਕੇ ਅੱਛਾ ਨੈਕਸਟ ਇਹਦੇ ਵਿੱਚ ਆਪਾਂ ਪਾਵਾਂਗੇ ਆਪਣਾ ਸਾਲਟ ਸਵਾਦ ਅਨੁਸਾਰ ਇਹਦਾ ਕੋਈ ਨਹੀਂ ਫਾਲਟ ਇਹਦਾ ਕੋਈ ਨਹੀਂ ਫਾਲਟ ਬਸ ਹਿਸਾਬ ਨਾਲ ਖਾਓ ਸਾਲਟ ਡੈਫੀਨਿਟਲੀ ਅੱਜ ਤੇ ਇਹਦੇ ਤੇ ਲੱਗੀ ਹੈ ਹਾਂ ਇਹਦਾ ਕੋਈ ਨਹੀਂ ਫਾਲਟ ਹਿਸਾਬ ਨਾਲ ਜੇ ਖਾਵਾਂਗੇ ਸਾਲਟ ਸਾਡੀ ਫੈਮਿਲੀ ਨੂੰ ਵੀ ਕਹਿ ਦੋ ਕਿ ਕੋਈ ਉਹਨਾਂ ਕੋਲ ਵਧੀਆ ਚੀਜ਼ ਹੈ ਤਾਂ ਕਮੈਂਟਸ ਦੇ ਵਿੱਚ ਬਣਾ ਕੇ ਰੱਖੋ ਤੁਸੀਂ ਪੁੱਛੋ ਕਿ ਵੀ ਹੁਣ ਕਮੈਂਟਸ ਦੇ ਵਿੱਚ ਇਦਾਂ ਦੇ ਬਣਾਓ ਸਾਲਟ ਲਈ ਕਮੈਂਟਸ ਦੇ ਵਿੱਚ ਮੈਂ ਆਪਣੀ ਫੈਮਿਲੀ ਨੂੰ ਰਿਕਵੈਸਟ ਕਰਦੀ ਹਾਂ ਕਿ ਤੁਸੀਂ ਕਮੈਂਟਸ ਦੇ ਵਿੱਚ ਵੀ ਇਦਾਂ ਦੇ ਛੋਟੇ ਛੋਟੇ ਸੋਹਣੇ ਸੋਹਣੇ ਕੀ ਕਹਿੰਦੇ ਆ ਨਾ ਨੂੰ ਪ੍ਰੋਵਰਬਸ ਇੱਕ ਤਰ੍ਹਾਂ ਲਾਈਨਾਂ ਹੀ ਹੋ ਰਾਈਮਸ ਹੋ ਗਏ ਲਾਈਨਸ ਹੀ ਹੋ ਗਏ ਉਹ ਬਣਾ ਕੇ ਰੱਖੋ ਤੇ ਜਿਹੜੇ ਤੁਹਾਨੂੰ ਜਿਹੜੇ ਸੁਣੇ ਦੇ ਜਾਂਦੇ ਆ ਵੀਡੀਓ ਦੇ ਵਿੱਚ ਲਾਈਨ ਬਾਈ 1 2 3 4 ਕਮੈਂਟ ਕਰੋ ਜਿਹੜਾ ਵਧੀਆ ਕਮੈਂਟ ਕਰੂਗਾ ਉਹਦਾ ਅਗਲੇ ਵੀਡੀਓ ਚ ਸ਼ਾਊਟ ਆਊਟ ਕਰਾਂਗੇ ਨਾ ਇਹਨੇ ਸਾਰੇ ਯਾਦ ਰੱਖੇ ਡੈਫੀਨਿਟਲੀ ਅੱਛਾ ਹੁਣ ਨੈਕਸਟ ਨਮਕ ਤੋਂ ਬਾਅਦ ਮੈਂ ਇਹਦੇ ਚ ਪਾਵਾਂਗੇ ਬੇਗੀ ਮਿਰਚ ਇਹ ਕਲਰ ਜ਼ਿਆਦਾ ਦਿੰਦੀ ਹੈ ਇਸ ਕਰਕੇ 1/2 ਟੀਸਪੂਨ ਤੋਂ ਥੋੜੀ ਜਿਹੀ ਜ਼ਿਆਦਾ ਆ ਫਿਰ 1/2 ਟੀਸਪੂਨ ਹਲਦੀ ਫਿਰ ਇਹਦੇ ਵਿੱਚ ਗਰਮ ਮਸਾਲਾ 1/2 ਟੀਸਪੂਨ ਗਰਮ ਮਸਾਲਾ ਅਕਸ਼ੇ ਕੁਮਾਰ ਤੇ ਜਾਨ ਬਰਾ ਹਾਂਜੀ ਗਰਮ ਮਸਾਲਾ ਤੇ 1/2 ਟੀਸਪੂਨ ਧਨੀਆ ਪਾਊਡਰ ਕੋਰੀਐਂਡਰ ਪਾਊਡਰ ਐਂਡ ਦੈਟਸ ਆਲ ਵੇਟ ਕਰ ਦੇ ਬੰਦੇ ਕਿ ਛੱਡ ਦੇ ਬਸ ਮਿਕਸ ਕਰਨਾ ਹੌਲੀ ਹੌਲੀ ਕਰੀ ਅੱਛਾ ਹੌਲੀ ਹੌਲੀ ਵਧੀਆ ਸ਼ੈਫ ਸਟਾਈਲ ਆਵੇ ਜਿਵੇਂ ਉਹ ਸਲੋ ਮੋਸ਼ਨ ਜਿਵੇਂ ਉਹਨਾਂ ਦੀ ਆਨ ਇੰਡੀਆ ਬੜੇ ਪ੍ਰੋਫੈਸ਼ਨਲ ਕੁੱਕਰ ਦੀ ਚੱਪਾਂ ਦੀ ਹੱਥ ਉਹ ਤੇ ਫਿਰ ਮੈਂ ਚੱਕ ਕੇ ਪੂਰਾ ਪੈਨ ਹਿਲਾ ਦੇਣਾ ਸੀ ਹਾਂ ਕਰਤਾ ਕਰਾਂ ਤੁਸੀਂ ਇਹਦੇ ਤੇ ਵੀ ਕਹਿਣਾ ਕਿ ਤੋੜਨਾ ਦੀ ਓਏ ਹੋਏ ਓਏ ਓ ਹੌਲੀ ਟਟਾ ਬਾਹਰ ਪੈ ਗਿਆ ਬਾਹਰ ਤਾਂ ਨਹੀਂ ਪਏ ਬਾਹਰ ਨਹੀਂ ਪਏ ਇੱਕ ਪਿਆ ਇੱਕ ਏਰੀਆ ਸਾਫ਼ ਕਰ ਦੇ ਨਹੀਂ ਆਮਲੇਟ ਵਗੈਰਾ ਇਦਾਂ ਹੀ ਆ ਅੱਛਾ ਹੁਣ ਹੋਰ ਕੀ ਬਣਾ ਬਸ ਦੈਟਸ ਇਟ ਅਪਣੀ ਸਬਜ਼ੀ ਦਾ ਨਾ ਇਹਨੂੰ ਆਪਾਂ ਢੱਕ ਦੇਣਾ ਤੇ ਇਹਨੂੰ ਆਪਾਂ ਹੁਣ 10 ਮਿੰਟ ਲੱਗਣਗੇ ਬਸ 10 ਮਿੰਟ ਵਿੱਚ 5 ਮਿੰਟ ਬਾਅਦ ਇਹਨੂੰ ਹਿਲਾਣਾ ਆ ਐਂਡ 10 ਮਿੰਟਾਂ ਦੇ ਵਿੱਚ ਆਪਣੀ ਸਬਜ਼ੀ ਹੈਗੀ ਆ ਰੈਡੀ ਓਕੇ ਕਿੰਨਾ ਸੋਹਣਾ ਕਲਰ ਹੈ ਕਿੰਨਾ ਸੋਹਣਾ ਕਲਰ ਔਰ ਸਵਾਦ ਤੇ ਇੰਨਾ ਜ਼ਿਆਦਾ ਵਧੀਆ ਹੁੰਦਾ ਨਾ ਪਰੌਂਠੇ ਨਾਲ ਖਾਓ ਰੋਟੀ ਨਾਲ ਖਾਓ ਖੱਟੀ ਤਾਂ ਨਹੀਂ ਹੁੰਦੀ ਥੋੜੀ ਜਿਹੀ ਹਲਕੀ ਜਿਹੀ ਖੱਟੀ ਹੁੰਦੀ ਆ ਪਰ ਜ਼ਿਆਦਾ ਨਹੀਂ ਓਕੇ ਦੈਟਸ ਇਟ ਕਿਉਂਕਿ ਆਵਾ ਅਮਚੂਰ ਪਾਇਆ ਨਾ ਇਹਦੇ ਵਿੱਚ ਚੱਪਣ ਕੱਦੂ ਓਏ ਚੱਪਣ ਕੱਦੂ ਤੇ ਕਲਰ ਕਿੰਨਾ ਸੋਹਣਾ ਮੈਂ ਤਾਂ ਕਲਰ ਹੀ ਬਹੁਤ ਸੋਹਣਾ ਲੱਗਦਾ ਹੈ ਸਮਰ ਸਮਰੀ ਕਲਰ ਤਾਂ ਇਹ ਲੱਗਦਾ ਸਮਰ ਸਕੁਆਸ਼ ਇੱਥੇ ਲੋ 10 ਮਿੰਟ 10 ਮਿੰਟ ਹਾਂਜੀ ਤੇ ਕੀ ਸੀਗਾ ਕਮੈਂਟਾਂ 'ਚ ਡਿਊਟੀ ਕੀ ਲਾਈ ਸੀ ਆਪਣੀ ਫੈਮਿਲੀ ਕਮੈਂਟਾਂ ਦੇ ਵਿੱਚ ਮੈਂ ਡਿਊਟੀ ਲਾਈ ਸੀਗੀ ਕਿ ਰਾਈਮਸ ਜਿਵੇਂ ਅਸੀਂ ਬਣਾਉਂਦੇ ਆ ਜਿਵੇਂ ਹਿੰਗ ਹਿੰਗ ਵਿੱਚ ਪਾ ਲੈ ਕੱਟੇ ਵਾਂਗ ਰਿੰਗ ਹਾਂਜੀ ਹਾਂਜੀ ਹਿੰਗ ਪਾ ਲੈ ਵਿੱਚ ਤੇ ਕੱਟੇ ਵਾਂਗੋ ਰਿੰਗ ਇਦਾਂ ਹੀ ਆ ਤੇ ਫਿਰ ਮੈਂ ਇੱਕ ਪਾਇਆ ਸੀਗਾ ਹਾਂ ਜੀਰਾ ਸਾਰੇ ਮਸਾਲਿਆਂ ਦਾ ਹੀਰਾ ਸਾਰੇ ਤੇਲਾਂ ਦਾ ਕਿਉਂ ਦੇਸੀ ਕਿਉਂ ਸਾਰੇ ਤੇਲਾਂ ਦਾ ਪਿਓ ਦੇਸੀ ਕਿਉਂ ਹੋਰ ਬਾਕੀ ਤੁਸੀਂ ਬਣਾਇਓ ਹੁਣ ਬਾਕੀ ਤੁਸੀਂ ਬਣਾਇਓ ਚਲੋ ਮਿਲਦੇ ਆ ਫਿਰ ਪਲੇਟਿੰਗ ਤੇ ਹਾਂਜੀ ਪਲੇਟਿੰਗ ਆਲਰਾਈਟ 10 ਮਿੰਟ ਹੋ ਗਏ 10 ਤੋਂ 15 ਮਿੰਟ ਹੋ ਗਿਆ ਤੇ ਆਪਣੀ ਸਬਜ਼ੀ ਰੈਡੀ ਹੋਣੀ ਚਾਹੀਦੀ ਹੈ ਬਿਲਕੁਲ ਹੁਣ ਖੋਲ ਕੇ ਦੇਖੀ ਤੁਸੀਂ ਕੋਲ ਨਾ ਓਕੇ ਕਰ ਲੈ ਨਾ ਚੱਪਣਾ ਦਾ ਕੱਦੂ ਯਮੀ ਸਬਜ਼ੀ ਤੇ ਬਿਲਕੁਲ ਆਪਣੇ ਨਾਈਸ ਟਿੰਡਿਆ ਵੰਗਰ ਆਪਣੇ ਚੱਪਨ ਕੱਦੂ ਰੈਡੀ ਆ ਇਹ ਦੇਖੋ ਤਾਂ ਹੀ ਮੈਂ ਹਰੀ ਮਿਰਚ ਮੋਟੀ ਮੋਟੀ ਪਾਉਣੀ ਹੈ ਦੇਖੋ ਤੁਸੀਂ ਕੱਟ ਸਕਦੇ ਹੋ ਜਦ ਬੱਚਿਆਂ ਨੂੰ ਦੇਣੀ ਆ ਵਾਓ ਇਹ ਤਾਂ ਇਹ ਪਤਾ ਕੀ ਆ ਇਹਦੇ ਇੱਕ ਗੱਲ ਹੋਰ ਦੱਸਦੀ ਅਸੀਂ ਹਾਂਜੀ ਸਾਡੇ ਘਰੇ ਸਬਜ਼ੀ ਉਨੀ ਹੀ ਬਣਦੀ ਹੈ ਇੱਕ ਡੰਗ ਦੀ ਹਾਂ ਇੱਕ ਡੰਗ ਬਹੁਤ ਘੱਟ ਅਸੀਂ ਵੇਹੀ ਖਾਂਦੇ ਆ ਜੇ ਵੇਹੀ ਹੋ ਜਾਂਦੀ ਹੈ ਦਾਲ ਹੋ ਜਾਂਦੀ ਹੈ ਤਕਰੀਬਨ ਤੇ ਉਹਦੇ ਅਸੀਂ ਦਾਲ ਪਰੌਂਠੇ ਬਣਾਏ ਹਾਂ ਦਾਲ ਜਿਹੜਾ ਕਿ ਇੱਕ ਵੀਡੀਓ ਪਾਈ ਸੀ ਯੈਸ ਯੈਸ ਤੇ ਜਾਂ ਫਿਰ ਸਾਗ ਹੋ ਗਿਆ ਸਾਗ ਆਪਾਂ ਜਿਵੇਂ ਜ਼ਿਆਦਾ ਜਿਹਾ ਬਣਾ ਲੈਂਦੇ ਆ ਤੇ ਇਹ ਆਪਣੀ ਚੱਪਨ ਕੱਦੂ ਦੀ ਸਬਜ਼ੀ ਹੋ ਗਈ ਰੈਡੀ ਹੁਣ ਕਰਾਂਗੇ ਇਹਦੀ ਪਲੇਟਿੰਗ ਕਰੋ ਫਿਰ ਤੇ ਇੱਕ ਚੀਜ਼ ਮੈਂ ਹੋਰ ਦੱਸਦਾ ਵੀ ਜਿਹੜਾ ਵੀ ਮੈਂ ਸਮਾਨ ਕਿਚਨ ਚ ਯੂਜ਼ ਕਰਦੀ ਆ ਜਾਂ ਵੈਸੇ ਯੂਜ਼ ਕਰਦੀ ਆ ਉਹਦੇ ਬਹੁਤ ਕੁਐਸਚਨ ਆਉਂਦੇ ਨੇ ਵੀ ਕਿੱਥੇ ਆ ਕਿੱਥੇ ਮਿਲਣਾ ਕਿਚਨ ਏਡ ਦਾ ਕੁਛ ਆ ਉਹਦੇ ਲਿੰਕਸ ਥੱਲੇ ਵੀਡੀਓ ਦੇ ਵਿੱਚ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ ਤੁਸੀਂ ਉੱਥੋਂ ਜਾ ਕੇ ਇਹਨੂੰ ਖਰੀਦ ਸਕਦੇ ਹੋ ਹਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੱਥੇ ਕਿਹੜਾ ਮਾਡਲ ਆ ਉਸ ਤੋਂ ਬਾਅਦ ਤੁਸੀਂ ਜਿੱਥੇ ਜਾ ਕੇ ਹਾਂਜੀ ਹਾਂਜੀ ਉੱਥੋਂ ਦੇਖ ਸਕਦੇ ਹੋ ਅੱਛਾ ਆਪਾਂ ਕਰੀਏ ਪਲੇਟਿੰਗ ਇਹਦੀ ਯੋ ਕਰੋ ਚੱਕੋ ਲਾਈਵ ਪਲੇਟ ਗੈਸ ਕਰਤੀ ਮੈਂ ਬੰਦ ਦੀ ਕਿੰਨੀ ਸੋਹਣੀ ਸਿਜ਼ਲ ਕਰ ਗਿਆ ਚੱਕੀ ਮੜ ਜਾ ਕਰਜੀ ਵੈਰੀ ਨਾਈਸ
यमी यमी सब्जी और कितनी सिंपल है, एकदम लाइक बहुत जल्दी बनती है और बहुत ज्यादा टेस्टी। मेनू पता कई बार तड़के तुड़के पाउंदा इस करके मजा नहीं आता क्योंकि फिर कई सब्जियां ना अपना टेस्ट मतलब ओना नहीं रहिंदा। ਇਹਦੇ ਵਿੱਚ ਤੁਸੀਂ ਆਪਣੀ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਲੈ ਸਕਦੇ ਹੋ। ਇਹ ਆਪਾਂ ਬਣਾਈ ਜਿਹੜੀ ਸਬਜ਼ੀ ਆ ਬੇਸਿਕਲੀ ਫੋਰ ਅਬਾਊਟ 3 ਅਡਲਟਸ ਕਿਉਂਕਿ ਮੇਰੀ ਰੋਟੀ ਖਾਧੀ ਹੋਈ ਆ ਆਪਣੀ। ਹਾਂਜੀ ਤੇ ਮੈਂ ਥੋੜੀ ਜਿਹੀ ਇੱਕ ਅੱਧੀ ਬੁਰਕੀ ਲਵਾਂਗਾ ਤੇ ਮਮ ਡੈਡ ਮੈਡਮ ਤੇ ਬੱਚੇ ਨਾਲ ਦੇਖ ਕੇ ਚਮਚ ਲੈਣੀ ਆ। ਇਹ ਰਹੀ ਆਪਣੀ ਸਬਜ਼ੀ ਹੋ ਗਈ ਹੈ ਇਹਦੇ ਵਿੱਚ ਡਨ। ਰਾਈਟ ਇਹਦੇ ਉੱਤੇ ਹੁਣ ਪਾਵਾਂਗੇ ਅਸੀਂ ਧਨੀਆ ਪਲੇਟਿੰਗ ਦੇ ਵਿੱਚ ਲਾਈਵ ਪਲੇਟਿੰਗ। हथ मार के हो जाना कराटे अक्षय कुमार जी मेरे तो लाइक यू नो डिसअपॉइंट हो जाएंगे, मेरे फेवरेट एक्टर हैं। नहीं हो गया, ओह माय गॉड, चक कौन बोलो सब्जी चको जरूरी हो जाता ना फिर कि सोहनी लगती है सब्जी दे परौंठे दे रंग देख प्याज दे रंग देख फूड दी वीडियो मैं बनानी आ गई हुण हौली मेरी इंप्रूवमेंट हो रही है नाल जद मैं खाऊंगी ते नाल घर दा अपने अंब दा अचार भी पाऊंगी इहदे विच नहीं हुण खा ला फिर हां ते टेस्ट कर लूं हां अच्छा जद बाद च खाई बाद च खाऊंगी दही भी चाहिए दही दही भी चाहिए घर दा बने होए होगी हां ओदी भी रेसिपी मंग रहे सारे हां जी ते अच्छा प्याज हुण आ पीस कट ली विच या ओके रेडी रेडी 1 2 3 4 वेरी नाइस है वेरी नाइस प्याज 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 क्लाउ निकलो चल रोड ट्रिप्स दे विच इंडिया दे विच जेरी सब्जी उस टाइम खान दा नजारा हुंदा ना जेरी साइड ते सिंपल ढाबे हुंदे ने ओ बनाउंदे ने इदां सुक्की सब्जी या कद्दू दी सब्जी इक बुरकी मेनू भी बना के दे बुरकी बना ली विच पा लिया प्याज ते लाइव टेस्ट। Surprisingly good. Surprisingly, अब मतलब जिहड़ा चप्पन कद्दू आ ओदा टेस्ट आउंदा रादन प्याज या होर चीजां दा लहसुन दा या अदरक दा या कुछ आ सिंपल सब्जी क्विक इजी और ओके जी बाय टेक केयर सीरियसली कह रहा हूं। Bye, 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 bye.